ਸਨ 1984 ਸਮੇ ਦੀ ਸਰਕਾਰ ਨੇ ਜਿਹੜੇ ਬੇਦੋਸ਼ੇ ਮਾਵਾਂ ਦੇ ਪੁੱਤਰ ਚੁੱਕ ਕੇ ਮਾਰੇ, ਜਿਨ੍ਹਾਂ ਦੀ ਗਿਣਤੀ ਭਾਈ ਜਸਵੰਤ ਸਿੰਘ ਖਾਲੜੀ ਨੇ ਕੀਤੀ 25,000 ਦੀ, ਤੇ ਘਰ ਘਰ ਵਿੱਚ ਜਾ ਕੇ ਜਿਹੜੀਆਂ ਭੈਣਾਂ ਤੇ ਮਾਵਾਂ ਉਡੀਕ ਰਹੀਆਂ ਉਹਨਾਂ ਨੂੰ ਜਾ ਕੇ ਸੁਨੇਹਾ ਦਿੰਦਾ ਹੈ। ਕਵੀ ਲਿਖਦਾ, ਭੈਣਾਂ ਡੀਕਦੀਆਂ ਘਰੋਂ ਗਏ ਵੀਰਿਆਂ ਨੂੰ, ਐ ਪਰ ਖੜੀਆਂ ਉਦਾਸ ਦਹਿਲੀਜ਼ ਉੱਤੇ, ਬਈ ਪੂਝ ਲੈਂਦੀਆਂ ਚੁੰਨੀ ਦੇ ਨਾਲ ਅੱਖਾਂ, ਓਏ ਹੰਝੂ ਡੁੱਲ ਡੁੱਲ ਪੈਣ ਕਮੀਜ਼ ਉੱਤੇ, ਜਿਹੜੀਆਂ ਸੁਹਾਗਣਾ ਦੇ ਸੁਹਾਗ ਨਹੀਂ ਘਰ ਪਰਤੇ, ਪੌਣ ਔਸੀਆਂ ਵੇਖਣ ਤਰੀਕ ਬੈਕੇ, ਉਹਨਾਂ ਮਾਵਾਂ ਦੀ ਆਸ ਨਹੀਂ ਅਜੇ ਮੁੱਕੀ, ਘਰ ਆਉਣ ਦੀ ਵੇਖਣ ਤਰੀਕ ਬੈਕੇ, ਉਹਨਾਂ ਮਾਵਾਂ ਦੀ ਅੱਜ ਇਸ਼ਰਾਂ ਵਾਂਗ ਹਾਲਤ ਹੋ ਚੁੱਕੀ ਏ। ਮੇਰੇ ਸਾਥੀ ਐਵੇਂ ਬੇਨਤੀ ਕਰਦੇ ਸੁਣੀ, ਸਨ 1984 ਵਾਲੜੇ ਦੁੱਖ ਸੁਣੇ ਨਾ ਕਿਸੇ ਨੇ ਸਾਡੇ ਹਾਲੇ, ਜੀਪਾਂ ਪਿੱਛੇ ਬੰਨ ਪਾੜ ਤੇ ਖੂਨ ਵਗੇ ਜਿਵੇਂ ਮੀਂਹ ਦੇ ਪਰਨਾਲੇ, ਖੂਨ ਦੇ ਫੁਹਾਰੇ ਚੱਲ ਗਏ ਨੱਪੀ ਜਾਂਦਾ ਹੜ ਵਾਂਗ ਵੱਟਾਂ ਬੰਨੀਆਂ, ਰੋਂਦੀਆਂ ਦੇ ਨੈਣ ਸੁੱਕ ਗਏ ਵਾਗ, ਇਸ਼ਰਾਂ ਦੇ ਮਾਵਾਂ ਹੋਈਆਂ ਅੰਨੀਆਂ, ਇਸ਼ਰਾਂ ਦੇ ਵਾਗ ਰੋਂਦੀਆਂ ਘਰ ਆਉਣ ਦੀਆਂ ਲਾਉਣ ਪਈਆਂ ਆਸਾਂ, ਔਸੀਆਂ ਚ ਦਿਨ ਲੰਘਦੇ ਤਾਰੇ ਗਿਣ ਕੇ ਲੰਘਾਉਂਦੀਆਂ ਰਾਤਾਂ, ਕਦੋਂ ਆਉਣਾ ਪੁੱਤਾਂ ਨੇ ਕਰੀ ਰੋਂਦੀਆਂ ਦੇ ਮੈਣ ਸੁੱਕ ਗਏ ਓਏ ਵਾਗ, ਇਸ਼ਰਾਂ ਦੇ ਮਾਵਾਂ ਹੋਈਆਂ ਅੰਨੀਆਂ, ਖੇਤੀ ਕੱਲੇ ਕੰਮ ਕਰਨ ਨੂੰ ਲੈ ਗਏ ਚੁੱਕ ਕੇ ਕਾਨੂੰਨ ਦੇ ਆਖੇ, ਪਕੜ ਬਦੋਛਿਆ ਨੂੰ ਕਈ ਮਾਰ ਮਾਰ ਗੋਲੀਆਂ ਉਡਾਤੇ, ਖਾਦੀ ਨਹੀਂ ਬਾਤ ਪੁੱਛਦਾ ਓਏ ਹਾਰ, ਫਿਰ ਕਤਰੋਂ ਦਾ ਕੰਨੀਆਂ, ਰੋਂਦੀਆਂ ਦੇ ਮੈਣ ਸੁੱਕ ਗਏ ਓਏ ਵਾਗ, ਇਸ਼ਰਾਂ ਦੇ ਮਾਵਾਂ ਹੋਈਆਂ ਅੰਨੀਆਂ, ਅਗੇ ਤੀਕ ਕਾਰੀ ਆਉਣਗੀ ਦੇ ਨੈਣ ਸੁੱਕ ਗਏ ਵਾਗ, ਇਸ਼ਰਾਂ ਦੇ ਮਾਵਾਂ ਹੋਈਆਂ ਅੰਨੀਆਂ, ਵਾਗ ਕਰ ਲਾਉਂਦੀਆਂ ਭੈਣਾਂ ਖੜੀਆਂ ਉਦਾਸ ਦਹਿਲੀਜ਼ ਤੇ, ਚੁੰਨੀ ਨਾਲ ਪੂਝ ਲੈਂਦੀਆਂ ਹੰਝੂ ਡੁੱਲ ਡੁੱਲ ਪੈਣ ਕਮੀਜ਼ ਤੇ, ਨਹੀਂ ਵੀਰ ਭੁੱਲ ਦੇ ਬੈਠੀਆਂ ਸੀ ਰੱਖ ਕੇ ਜੋ ਲੰਮੀਆਂ, ਰੋਂਦੀਆਂ ਦੇ ਨੈਣ ਸੁੱਕ ਗਏ ਵਾਂਗ, ਇਸ਼ਰਾਂ ਦੇ ਮਾਵਾਂ ਹੋਈਆਂ ਅੰਨੀਆਂ, ਖਾਲੜੇ ਨੇ ਕਰੀ ਗਿਣਤੀ ਲੈ ਗਏ ਚੁੱਕ ਨਰਦੋਸ਼ ਅੰਮਾ ਜਾਏ, ਹੱਲੋ ਵਾਲ ਅਯਾਦ ਦੇਖਦਾ ਪਹਿਲਾ ਤਰਨ ਦੁੱਖ ਸੰਗਤਾਂ ਜਗਾ, ਛੱਲੀਆਂ ਦੇ ਵਾਂਗ ਰਾਸੀ ਪੁੰਨੀਆਂ, ਰੋਂਦੀਆਂ ਦੇ